ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਬਾ샤 ਕਹਿੰਦੇ ਨੇ ਮਨੁੱਖਾ ਜੇਕਰ ਕੋਈ ਤੇਰੀ ਆਸ ਕੋਈ ਇੱਛਾ ਸੀ ਤੇ ਉਹ ਤੇਰੀ ਪੂਰੀ ਹੋਗੀ ਤਾਂ ਤੁਸ ਸਮਝ ਲੈ ਉਹ ਅਕਾਲ ਪੁਰਖ ਦੀ ਰਜਾ ਵੀ ਇਹੀ ਸੀ ਤਾਂ ਤੇਰੀ ਇੱਛਾ ਪੂਰੀ ਹੋਈ ਓਂਝਨੀ ਸੀ ਹੋਣੀ ਪਰ ਜੇਕਰ ਤੇਰੀ ਕੋਈ ਇੱਛਾ ਪੂਰੀ ਨਹੀਂ ਹੋਈ ਤਾਂ ਸਮਝ ਲੈ ਉਹ ਅਕਾਲ ਪੁਰਖ ਦੀ ਇੱਛਾ ਕੁਝ ਹੋਰ ਹੈ ਤਾਂ ਤੂੰ ਉਸਦੀ ਰਜਾ ਵਿੱਚ ਰਾਜੀ ਹੋ ਜਾ ਖਵਾਇਸ਼ ਕਰਨੀ ਕੋਈ ਪਾਪ ਨਹੀਂ ਹੈਗਾ ਪਰ ਖਵਾਇਸ਼ ਪੂਰੀ ਨਾ ਹੋਣ ਤੇ ਰੋਜ਼ ਕਰਨਾ ਇਹ ਗੁਨਾਹ ਹੈ ਤੇਰਾ ਮਨੁੱਖਾ ਗਿਲੇ ਸ਼ਿਕਵੇ ਕਰਨਾ ਗੁਨਾਹ ਹੁਣ ਇੱਛਾ ਪੂਰੀ ਨਹੀਂ ਹੋਈ ਤਾਂ ਤੂੰ ਗਿਲੇ ਸ਼ਿਕਵੇ ਕੀਤੇ ਵਾਇਗਰੂ ਜੀ ਦੀ ਇੱਛਾ ਕੁਝ ਹੋਰ ਸੀ ਤਾਂ ਸਵਾਲ ਖੜਾ ਹੁੰਦਾ ਫਿਰ ਵਾਇਗਰੂ ਦੀ ਇੱਛਾ ਹੈ ਕਿ ਤਾਂ ਤਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦੀ ਇੱਛਾ ਕੀ ਹੈ ਗੁਰੂ ਜੀ ਫਰਮਾਉਂਦੇ ਨੇ ਜੋ ਹੋਣਾ ਸੀ ਉਹ ਹੋ ਗਿਆ ਤੇ ਇਹੀ ਪਰਮਾਤਮਾ ਦੀ ਇੱਛਾ ਜੋ ਹੋ ਗਿਆ ਉਹਦੇ ਵਿੱਚ ਤੇਰਾ ਕੁਝ ਨਾ ਕੁਝ ਚੰਗਾ ਲੁਕਿਆ ਹੁਣ ਤੈਨੂੰ ਨਹੀਂ ਦਿਖ ਰਿਹਾ ਪਰ ਆਉਣ ਵਾਲੇ ਸਮੇਂ ਵਿੱਚ ਤੂੰ ਆਪ ਜਾਣੀ ਜਾਣ ਹੋ ਜਾਏਗਾ ਕਿ ਉਹਦੇ ਵਿੱਚ ਤੇਰਾ ਕੁਝ ਚੰਗਾ ਹੈ ਦਿਨ ਨਿਕਲਿਆ ਇਹ ਉਹਦੀ ਇੱਛਾ ਰਾਤ ਹੋਈ ਉਹਦਾ ਹੁਕਮ ਜਨਮ ਹੋਇਆ ਉਸਦੀ ਇੱਛਾ ਆ ਕਾਲ ਚਲਾਨੇ ਹੋਏ ਤੇ ਉਸਦੀ ਰਜ਼ਾ ਸੁਖ ਆਇਆ ਤੂੰ ਸੁਖ ਮਾਣਿਆ ਇਹ ਉਸਦੀ ਰਜਾ ਦੁੱਖ ਮਿਲਿਆ ਤੇ ਉਹਨੂੰ ਮਾਣ ਰਿਹਾ ਹੁਣ ਤੂੰ ਉਹ ਤੇਰਾ ਹੁਕਮ ਜੋ ਹੋ ਗਿਆ ਸਮਝ ਲਵੀਂ ਵੀ ਉਹ ਹੋਣਾ ਹੀ ਸੀ ਤੇ ਉਸ ਵਿੱਚ ਤੇਰਾ ਕੁਝ ਨਾ ਕੁਝ ਚੰਗਾ ਲੁਕੇ ਇਹ ਉਸਦੀ ਇੱਛਾ ਸੀ ਜੋ ਆਪਣੇ ਲਈ ਚੰਗਾ ਹੁੰਦਾ ਹੈ ਪਾਦਸ਼ਾ ਉਹੀ ਕਰਦੇ ਨੇ ਪਰ ਜੇ ਤੂੰ ਜਾਣ ਬੁੱਝ ਕੇ ਜਿੱਦ ਕਰੇਗਾ ਫਿਰ ਤੂੰ ਦੁਖੀ ਹੋਏਗਾ ਪਰ ਜਿੰਨਾ ਤੂੰ ਰਜਾ ਵਿੱਚ ਰਾਜੀ ਰਹੇਗਾ ਉਹਨਾਂ ਸੁਖੀ ਹੋ ਜਾਵੇਂਗਾ ਜਿਸ ਨੂੰ ਵੀ ਲੱਗਦਾ ਹੈ ਕਿ ਮੈਂ ਆਹ ਚੀਜ਼ ਦੇ ਤਾਂਗ ਰੱਖਦਾ ਪਰ ਇਹ ਚੀਜ਼ ਮੈਨੂੰ ਮਿਲਦੀ ਨਹੀਂ ਪਈ ਤਾਂ ਵਾਈਗਰੂ ਨੇ ਤੁਹਾਡੇ ਲਈ ਕੁਝ ਹੋਰ ਸੋਚਿਆ ਉਸ ਤੋਂ ਵੀ ਬਿਹਤਰ ਉਸ ਤੋਂ ਵੀ ਚੰਗਾ ਸੋਚਿਆ ਜਿਸ ਨੇ ਜੀ ਰਜਾ ਵਿੱਚ ਰਹਿਣਾ ਆ ਗਿਆ ਨਾ ਤਾਂ ਉਸ ਦਿਨ ਆਪੇ ਸਭ ਕੁਝ ਮਿਲ ਜੇਗਾ ਇੱਕ ਸਿੰਘ ਜੀ ਫਰਮਾਉਂਦੇ ਨੇ ਕਹਿੰਦੇ 1939 ਦੀ ਗੱਲ ਹੈ ਕਹਿੰਦੇ ਉਸ ਸਮੇਂ ਮੈਨੂੰ ਇੱਕ ਅਹੁਦੇ ਤੇ ਨਿਯੁਕਤ ਕੀਤਾ ਗਿਆ ਇਹ ਅਹੁਦਾ ਪੰਜਾਬ ਦੇ ਵਿੱਚ ਮੋਗੇ ਸ਼ਹਿਰ ਦੇ ਕੋਲ ਸੀ ਕਹਿੰਦੇ ਪਰ ਉਸ ਅਹੁਦੇ ਲਈ ਮੈਨੂੰ ਪੱਕੇ ਤੌਰ ਤੇ ਨਿਯੁਕਤ ਨਾ ਕੀਤਾ ਗਿਆ ਪਰ ਮੇਰੀ ਦਿਲੀ ਇੱਛਾ ਸੀ ਕਿ ਇਹ ਅਹੁਦਾ ਮੈਨੂੰ ਪੱਕੇ ਤੌਰ ਤੇ ਮਿਲ ਜਾਏ ਕਿੰਦੇ ਮੇਰੀ ਘਰ ਵਾਲੀ ਨੂੰ ਵਾਹਿਗੁਰੂ ਜੀ ਤੇ ਬੜਾ ਵਿਸ਼ਵਾਸੀ ਬੜੀ ਆਸਥਾ ਸੀ ਤਾਂ ਆਪਣੇ ਮਨ ਅੰਦਰ ਕਿਹਾ ਕਿ ਮੈਂ 1 ਲੱਖ ਵਾਰੀ ਇਹ ਸ਼ਬਦ ਦਾ ਜਾਪ ਕਰਾਂਗੀ ਜਾਪ ਇਸ ਤਰ੍ਹਾਂ ਸੀ ਥਿਰ ਕਰ ਬੈਸੇ ਹਰ ਜਨ ਪਿਆਰੀ ਉਹਨਾਂ ਕਿਹਾ ਕਿ ਮੈਂ ਲਗਾਤਾਰ 40 ਦਿਨ ਇਸ ਦਾ ਜਾਪ ਕਰਾਂਗੀ ਐਵੇਂ ਕਰਦਿਆ ਕਰਦਿਆ ਉਹਨਾਂ 40 ਦਿਨ ਬੜੇ ਵਿਸ਼ਵਾਸ ਨਾਲ ਬੜੇ ਉਤਸ਼ਾਹ ਨਾਲ ਇਹ ਸ਼ਬਦ ਦਾ ਜਾਪ ਕੀਤਾ ਇਹ ਪੰਕਤੀ ਦਾ ਜਾਪ ਕੀਤਾ ਜਦੋਂ 40ਵੇਂ ਦਿਨ ਉਹਨਾਂ ਭੋਗ ਪਾਇਆ ਇਸ ਪਾਠ ਦਾ ਉਹਨਾਂ ਅਰਦਾਸ ਕੀਤੀ ਅਰਦਾਸ ਕਰਨ ਤੋਂ ਉਪਰੰਤ ਕਹਿੰਦੇ ਅਸੀਂ ਉਸ ਦਿਨ ਦੋਨੋਂ ਪਤੀ ਪਤਨੀ ਗੁਰੂ ਘਰ ਗਏ ਸੀ ਉਸ ਤੋਂ ਬਾਅਦ ਕਹਿੰਦੇ ਮੈਂ ਸਿੱਧਾ ਹੀ ਆਪਣੇ ਦਫ਼ਤਰ ਚਲਾ ਗਿਆ ਕਿੰਦੇ ਜਦੋਂ ਮੈਂ ਆਪਣੇ ਦਫ਼ਤਰ ਗਿਆ ਤੇ ਮੈਂ ਆਪਣੀ ਮੇਜ਼ ਦੇ ਉੱਤੇ ਇੱਕ ਟੈਲੀਗ੍ਰਾਮ ਵੇਖਿਆ ਕਿੰਦੇ ਜਦੋਂ ਮੈਂ ਪੋਸਟ ਨੂੰ ਖੋਲ੍ਹਿਆ ਤਾਂ ਵਿੱਚ ਮੈਂ ਵੇਖਿਆ ਕਿ ਮੈਨੂੰ ਉਸ ਨਿਯੁਕਤੀ ਲਈ ਹੁਣ ਪਰਮਾਨੈਂਟ ਕਰ ਦਿੱਤਾ ਸੀ ਭਾਵ ਉਹ ਪੱਕਾ ਅਹੁਦਾ ਦੇ ਦਿੱਤਾ ਸੀ ਕਿੰਦੇ ਕਿ ਮੇਰੀ ਪਤਨੀ ਪੂਰੇ ਵਿਸ਼ਵਾਸ ਤੇ ਆਸਥਾ ਨਾਲ ਵੈਕ੍ਰੂਜ਼ਾ ਜਾਪ ਕਰਦੀ ਸੀ ਤੇ ਹੁਣ ਮੈਂ ਵੀ ਕਰਨ ਲੱਗ ਗਿਆ ਸੀ ਤੇ ਮੈਨੂੰ ਪਤਾ ਲੱਗ ਗਿਆ ਸੀ ਕਿ ਅਰਦਾਸ ਵਿੱਚ ਬੜੀ ਜ਼ਿਆਦੀ ਤਾਕਤ ਹੈ